अनबॉक्सिंग अपने जो समान आया एक बॉक्स आया आ पिया दूजा आ पिया सही है पॉडकास्टिंग माइक्रोफोन किट ठीक है इसका प्राइस ते इसकी जो भी डिटेल है इतने लिखी है सारा कुछ प्राइस तुम्हें मैं बाद में लास्ट में दस दांगा इसका प्राइस की आता आप बोला तो तुम कितने भी अमेजोन से यूट्यूब पर सर्च कर सकते हो ਕਿਹੜੀ ਕੰਪਨੀ ਦਾ ਜ਼ਿਆਦਾ ਐਕਸਪੈਂਸਿਵ ਨਹੀਂ ਹੈਗਾ ਰੀਜ਼ਨੇਬਲ ਪ੍ਰਾਈਜ਼ ਆ ਫੋਰ ਦਾ ਬਿਗਿਨਰਸ ਮੈਨੂੰ ਲੱਗਦਾ ਇਹ ਬੈਸਟ ਜੀ ਸੀ ਬੜਾ ਸਰਚ ਕੀਤਾ ਉਸ ਤੋਂ ਬਾਅਦ ਲਿਆ ਕਿਉਂਕਿ ਇਸ ਤੋਂ ਐਕਸਪੈਂਸਿਵ ਵੀ ਨੇ ਜਦੋਂ ਤੁਸੀਂ ਪ੍ਰੋਫੈਸ਼ਨਲ ਹੋ ਜਾਓ ਅਤੇ ਤੁਹਾਨੂੰ ਲੱਗੇ ਵੀ ਹਾਂ ਤੁਹਾਨੂੰ ਕੁਆਲਿਟੀ ਅਪਡੇਟ ਕਰਨੀ ਚਾਹੀਦੀ ਆ ਦੈਨ ਯੂ ਗੋ ਫੋਰ ਇਟ ਅਨਦਰ ਫੋਰ ਦਾ ਬਿਗਿਨਰਸ ਇਹ ਸਭ ਤੋਂ ਬੈਸਟ ਆ ਖੁੱਲ ਜਾ ਸਿਮ ਸਿਮ ਇਹ ਪਟਾਰਾ ਸਲਿਮ ਇਹਦੀ ਕੈਟਾਲੋਗ ਆ ਗਈ ਇਹਨੂੰ ਪੜ੍ਹ ਪੜ੍ਹ ਕੇ ਆਪਾਂ ਨੂੰ ਸੈਟਅਪ ਕਰਨਾ ਪੈਣਾ ਆਹ ਸੈਟਅਪ ਆਊਗਾ ਇਹਦਾ ਜੋ ਇਹਦੇ ਵਿੱਚ ਦਿਖਾਈ ਦੇ ਰਿਹਾ ਜ਼ੂਮ ਕਰਕੇ ਦਿਖਾ ਦੇ ਸਹੀ ਹੈ ਆਹ ਸੈਟਅਪ ਆਊਗਾ ਇਹਨੂੰ ਤੁਸੀਂ ਕਿਵੇਂ ਵੀ ਮਰਜ਼ੀ ਤੁਸੀਂ ਆਪਦੇ ਹਿਸਾਬ ਨਾਲ ਬੈਂਡ ਆਊਟ ਕਰ ਸਕਦੇ ਹੋ ਐਡਜਸਟਮੈਂਟ ਇਹ ਤੁਹਾਨੂੰ ਪਤਾ ਹੀ ਹੈਗਾ ਇਹਦਾ ਮਾਈਕ ਦਾ ਮਾਫ ਆ ਗਿਆ ਇਹ ਉੱਪਰ ਪਾ ਕੇ ਏਅਰ ਕੰਟਰੋਲ ਲਈ ਜੋ ਵੀ ਐਕਸਟਰਾ ਨੋਇਸ ਹੋਊਗਾ ਉਹ ਆ ਗਿਆ ਸਾਰਾ ਇਹਦਾ ਮੇਨ ਮਟੀਰੀਅਲ ਅੱਜ ਤੁਹਾਨੂੰ ਸਿਰਫ ਬਾਕਸ ਓਪਨ ਕਰਕੇ ਦਿਖਾ ਰਿਹਾ ਮੈਂ ਆਹ ਜੀ ਆਮ ਪਈ ਆ ਲੀਡ ਪਈ ਆ ਆਹ ਸਭ ਤੋਂ ਬੈਸਟ ਅੱਜ ਇਹਦਾ ਮਾਈਕ ਪਿਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹਨੂੰ ਮਾਫ ਇਹਦਾ ਪਾ ਕੇ ਫਿਰ ਆ ਇਹਦਾ ਇਹਦੇ ਵਿੱਚ ਪਾ ਕੇ ਸੈਟਅਪ ਹੋਣਾ ਸਾਰਾ ਠੀਕ ਹੈ ਇਹਦੇ ਵਿੱਚ ਆਉਣਾ ਜਦੋਂ ਸੈਟਅਪ ਕਰਾਂਗੇ ਜਦੋਂ ਸੈਟਅਪ ਲਾਵਾਂਗੇ ਉਹਦੀ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਨਹੀਂ ਤਾਂ ਅਦਰਵਾਈਜ਼ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ ਆਹ ਲੀਡ ਆ ਆਹ ਆਰਮ ਆ ਗਈ ਇਸਦੇ ਮਾਊਸ 'ਤੇ ਹੋ ਆਪਾਂ ਸਟਰੈਪ ਆ ਗਏ ਜਿਹਨਾਂ ਆਪਾਂ ਕੇਬਲ ਟਾਈ ਆਊਟ ਕਰਨਾ ਤਾਂ ਜੋ ਕੇਬਲ ਦਾ ਖਲਾਰਾ ਨਾ ਪਵੇ ਇੱਧਰ ਉੱਧਰ ਸਹੀ ਹੈ ਤੁਹਾਨੂੰ ਪੰਜਾਬੀ 'ਚ ਪ੍ਰਪੇਅਰ ਪੰਜਾਬੀ 'ਚ ਰਿਵਿਊ ਮਤਲਬ ਸਾਰਾ ਬਾਕਸ ਓਪਨਿੰਗ ਦੱਸਣੀ ਹੈ ਈਜ਼ੀ ਹੋ ਜੂ ਅੰਡਰਸਟੈਂਡ ਕਰਨਾ ਸਹੀ ਹੈ ਆਹ ਹੈਗਾ ਕਲੈਮ ਇਹਨੂੰ ਆਪਾਂ ਓਪਨ ਕਰਕੇ ਸਾਰੀ ਚੀਜ਼ ਟੇਬਲ 'ਤੇ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਸਹੀ ਹੈ ਆਹੀ 4-5 ਆਈਟਮ ਆਉਂਦੀਆਂ ਨੇ ਇਸ ਤੋਂ ਥੱਲੇ ਕੁਛ ਨਹੀਂ ਬਾਕਸ ਖਾਲੀ ਆ ਇਹ ਇੱਕ ਮਾਈਕ ਮੰਗਾਇਆ ਸੀ ਉਹੀ ਸੇਮ ਉਹਦੇ ਨਾਲ ਉਹ ਵੀ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਕਿਉਂਕਿ ਅਸੀਂ ਦੋ ਜਾਣੇ ਆ ਦੋਨੇ ਟੋਕ ਕਰਾਂਗੇ ਮਤਲਬ ਦੋਨੇ ਤਾਂ ਦੋਨਾਂ ਲਈ ਇੱਕ ਮਤਲਬ ਦੋ ਮਾਈਕ ਚਾਹੀਦੇ ਸੀਗੇ ਹੈ ਨਾ ਤਾਂ ਕਰਕੇ ਇੱਕ ਆਹ ਹੋ ਗਿਆ ਇੱਕ ਉਹ ਹੋ ਗਿਆ ਅਨਦਰ ਵਨ ਇਹ ਤੋਂ ਵੱਡਾ ਚਾਕੂ ਨਹੀਂ ਮਿਲਿਆ ਸ਼ੁਰੀ ਅਪਗ੍ਰੇਡ ਆਏਗਾ ਨਵਾਂ ਵਾਲਾ ਉਹ ਥੋੜ੍ਹਾ ਪੁਰਾਣਾ ਵਾਲਾ ਵਾ ਸਹੀ ਹੈ ਕਿਵੇਂ ਲੱਗਿਆ ਮਾਹੌਲ ਅਨਬੋਕਸਿੰਗ ਆਪਾਂ ਕਰਤੀ ਜ਼ਿਆਦਾ ਡੀਪਲੀ ਨਹੀਂ ਉਹ ਨਹੀਂ ਕਿ ਲਾਈਨ ਟੂ ਲਾਈਨ ਇਹਦਾ ਮੀਨਿੰਗ ਆ ਇਹਦਾ ਮੀਨਿੰਗ ਆ ਇਹਦਾ ਇੰਨੀ ਫ੍ਰੀਕੁਐਂਸੀ ਆ ਇਹਦਾ ਆਹ ਚੀਜ਼ ਆ ਉਹ ਜਿੱਦਣ ਆਪਾਂ ਸੈਟਅਪ ਕਰਾਂਗੇ ਉੱਦਣ ਦੱਸਾਂਗੇ ਉੱਦਣ ਉਹ ਵੀ ਤੂੰ ਚੌੜ ਕਰੀਏ ਫੁਕਰੀ ਮਾਰੀਏ ਹਾਂ ਆਹੀ ਆਵੇ ਅਸੀਂ ਹੁਣ ਅਸੀਂ ਤੁਹਾਨੂੰ ਜੈਨੂਇਨ ਫੁਕਰੀ ਮਾਰਾਂਗੇ ਅਤੇ ਉਹ ਤੁਹਾਨੂੰ ਅਸੀਂ ਉਹ ਨਹੀਂ ਕਰਾਂਗੇ ਸ਼ੋਅ ਆਫ ਨਹੀਂ ਕਰਾਂਗੇ ਲੇਕਿਨ ਸਾਡੇ ਅੰਦਰ ਫੁਕਰੀ ਹੋਊਗੀ ਉਹ ਨਾ ਅਸੀਂ ਚੌੜ ਕਰਾਂਗੇ ਚੌੜ ਕਰਾਂਗੇ ਹਾਂ ਹਾਲਾਂਕਿ ਉਹ ਅਸੀਂ ਉਹ ਗੁੱਚੀ ਬੜੂਚੀ ਨਹੀਂ ਲੈ ਕੇ ਆਉਂਦੇ ਚੱਕੇ ਅਸੀਂ ਔਫਰ ਸੀ ਯਾਰ ਹੈ ਨਾ ਗੁੱਚੀ ਬੜੂਚੀ ਵਾਲੀ ਐਨ ਕਿ ਚੱਕ ਲਈ ਸੀ ਯਾਰ ਉਹ ਫਿਰ ਬਜਟ ਤੋਂ ਬਾਹਲੀ ਵਾਰ ਮੈਂ ਭੱਜ ਕੇ ਗਿਆ ਦੇਖੀ ਜਿਹੜੀ ਲੱਭ ਰਹੀ ਸੀ ਉਹ ਜੀ ਕੋਈ ਗੋਗਲ ਸਾਨੂੰ ਮਿਲ ਜਾਵੇ ਅਤੇ ਭੱਜ ਕੇ ਅੰਦਰ ਗਿਆ ਮੈਂ ਚੱਕ ਲਈ ਲਾ ਵੀ ਲਈ ਬੜੀ ਸੋਹਣੀ ਸੀ ਮੈਂ ਵੀ ਗਿਆ ਭੱਜ ਕੇ ਮੈਂ ਉਹ ਜਿਹੜੀ ਆਪਾਂ ਲੱਭ ਰਹੇ ਸੀ ਉਹੀ ਮਿਲ ਗਈਆਂ ਛੋਟੇ ਚੱਕ ਲਾਵੇ ਚੱਕ ਲਾ ਲੈ ਲਈਏ ਨਾਲ ਹੀ ਬਸ ਲਿਖਿਆ ਗੁੱਚੀ ਮੈਂ ਕਿਹਾ ਹੁਣ ਗੁੱਚੀ ਵੀ ਦੇਖ ਲਿਆ ਤਾਂ ਬੈਗ ਵੀ ਦੇਖ ਲਾ ਇਹ ਸੀ ਉਹ 1150 ਦੀ ਨਾ
बहुत ज्यादा बजट मिले करके अभी शो कर लगे एडिडास दी ऑफर लगे बाय वन गैट वन का सानू मिले सही है ना बढ़िया इहदा प्राइस की है इसदी बॉक्स दा हाँ हो गया सैकेंड वन सेम एज इट इज बड़े सोहने पेयर मिले इहदा सानू ऑफर की सी बाय वन गैट वन और एक्चुअल च ऑफर बड़ा क्यों सीगा ऑलरेडी डिस्काउंटेड प्राइस तो बाद फिर बाय वन गैट वन मीनस साढ़ा एक पेयर आ इहदा प्राइस आ 600 ग्राम का और इहदा प्राइस आ अपने का 550 ग्राम 550 ते किन्ने बन गए 1150 ग्राम का शुरू हो गए ते सानू पे किन्ने दे 350 ग्राम दे 350 ग्राम ਇੱਡਾ ਜ਼ਿਆਦਾ ਡਿਸਕਾਊਂਟ ਚੱਲ ਰਿਹਾ ਸੀਗਾ ਤੇ ਫਿਰ ਕਿਉਂ ਛੱਡੀਏ ਫਿਰ ਛੱਡੇ ਨਹੀਂ ਗਏ ਹਾਂ ਉਹ ਗੱਲ ਵੱਖਰੀ ਆ ਹੁਣ ਮਤਲਬ ਇਹ ਵੀ ਹੁੰਦਾ ਕਿ ਯਾਰ ਉਹ ਪਹਿਲਾਂ ਹੀ ਮਹਿੰਗਾ ਕਰਕੇ ਰੇਟ ਲਾ ਦਿੰਦੇ ਹੁੰਦੇ ਆ ਜਦੋਂ ਕੋਈ ਆਫਰ ਚੱਲਦਾ ਇਹੋ ਜਿਹੇ ਮਿੱਥੇ ਮਤਲਬ ਚੱਲੇ ਆਉਂਦੇ ਆ ਵੀ ਹਾਂ ਮਾਰਕੀਟ ਦੇ ਵਿੱਚ ਪਹਿਲਾਂ ਹੀ ਮਹਿੰਗਾ ਕਰਕੇ ਰੇਟ ਉਹ ਲਾ ਦਿੰਦੇ ਆ ਤਾਂ ਜੋ ਲੋਕਾਂ ਨੂੰ ਆਫਰ ਲਾ ਕੇ ਉਹੀ ਚੀਜ਼ ਉਹਨੇ ਰੇਟ 'ਚ ਵੇਚ ਦਿੰਦੇ ਆ ਲੇਕਿਨ ਇੰਨਾ ਡਿਫਰੈਂਸ ਮੈਨੂੰ ਨਹੀਂ ਲੱਗਦਾ ਵੀ ਹੋਊਗਾ ਹਰ ਸਾਲ ਐਡੀਡਾਸ ਦੀ ਇਹ ਈਦ ਤੇ ਆਉਂਦੀ ਆਉਂਦਾ ਆਫਰ ਬਹੁਤ ਸਾਰੇ ਲੋਕ ਵੇਟ ਕਰਦੇ ਨੇ ਕਿ ਐਵਰੀ ਈਅਰ ਆਉਂਦੀ ਆ ਜਦੋਂ ਸ਼ੂਜ਼ ਲੈਣੇ ਆ ਇੱਕ ਸਾਲ ਤੱਕ ਕੱਢ ਹੀ ਜਾਂਦੇ ਆ ਇਹੋ ਜਿਹੇ ਅਗਰ ਤੁਹਾਡੇ ਕੋਲ 5-6 ਪੇਅਰ ਹੈਗੇ ਨੇ ਸਾਰੇ ਯਾਰ ਜ਼ਿਆਦਾ ਕੱਢਿਆ ਨੇ ਆਪਣੇ ਕਿਹੜੇ ਟੁੱਟੇ ਜਿਹੜੇ ਲੈ ਪਏ ਆ ਸਾਡੇ ਕੋਲ ਕਾਫੀ ਉਹ 14 ਸਾਲਾਂ ਬਾਅਦ ਥੋੜੇ ਡੱਲ ਹੋ ਜਾਣਗੇ ਟੁੱਟਦੇ ਟੁੱਟਦੇ ਤਾਂ ਨਹੀਂ ਹੁੰਦਾ ਬੰਦਾ ਆਉਂਦੇ ਸਾਲ ਨੂੰ ਫਿਰ ਨਵੇਂ ਲੈ ਲੈਂਦਾ ਉਹਨੇ ਕਿਤੇ ਵਾਵਾ ਹੋ ਗਿਆ ਚੌੜ ਨਾਲੋਂ ਵੱਧ ਹੋਣੇ ਆਫਰ ਕਿੰਨਾ ਸੋਹਣਾ ਈ ਤੇ ਆਫਰ ਆਉਂਦਾ ਹੁੰਦਾ ਵੇਟ ਕਰਦੇ ਹੁੰਦੇ ਅਸੀਂ ਹਾਂ ਤੇ ਸ਼ੂ ਸਾਨੂੰ ਮਿਲੇ ਨਹੀਂ ਸ਼ਾਇਦ ਹੋਰ ਹੁੰਦੇ ਪਸੰਦ ਦੇ ਇੱਕ ਅੱਧਾ ਪੇਅਰ ਮੀਨ ਦੋ ਪੇਅਰ ਹੋਰ ਆ ਜਾਂਦੇ ਇੱਕ ਚੱਕ ਦੇ ਜੇ ਹਾਂ ਪਰ ਉੱਥੇ ਆਲਰੇਡੀ ਇੰਨਾ ਰਸ਼ ਸੀ ਨਾ ਸਾਈਜ਼ ਮਿਲ ਰਿਹਾ ਸੀ ਨਾ ਹੀ ਕੋਈ ਪੇਅਰ ਪਸੰਦ ਦਾ ਮਿਲ ਰਿਹਾ ਕਿਉਂਕਿ ਆਲਰੇਡੀ ਸੋਲਡ ਆਊਟ ਹੋ ਗਏ ਸੀਗੇ ਸਾਰੇ ਚਲੋ ਮਿਲਦੇ ਹੈਗਾ ਵਾ ਜਿਹੜੀ ਅਸੀਂ ਆਊਟਲੈਟ ਮਾਲ ਦੇ ਵਿੱਚ ਸ਼ਾਪਿੰਗ ਕੀਤੀ ਹੈ ਸ਼ੂਜ਼ ਲਏ ਸੀ ਉਹ ਪਹਿਲਾਂ ਅਪਲੋਡ ਕਰਾਂਗੇ ਉਸ ਤੋਂ ਬਾਅਦ ਫਿਰ ਇਹ ਆਊਗਾ ਸਹੀ ਆ ਯੈਸ ਅੰਬ ਲਾ ਕੇ ਇਹਨਾਂ ਵਾਸਤੇ ਨੂੰ ਅੰਬ ਛੇਦੀ ਖਵਾਵਾਂਗੇ ਹਾਂ ਇਹ ਦੁਆ ਕਰਿਓ ਹਨਾ ਚਲੋ ਇਸ ਦੇ ਨਾਲ ਹੀ ਸਾਨੂੰ ਦੋ ਬੋ ਇਜਾਜ਼ਤ ਥੈਂਕ ਯੂ ਸੋ ਮਚ ਫੋਰ ਵਾਚਿੰਗ ਡੂ ਬਰੋਸ ਚੈਨਲ ਇਹਨੂੰ ਥੋੜ੍ਹਾ ਜਿਹਾ ਲਾਈਕ ਸਬਸਕ੍ਰਾਈਬ ਵੀ ਕਰ ਦਿਓ ਯਾਰ ਇਕੱਲਾ ਵਿਊ ਕਰ ਲੈਣ ਬਸ ਵਿਊ ਕਰ ਵਿਊ ਹੀ ਕਰ ਦਿਓ ਯਾਰ ਵਿਊ ਕਰ ਤੁਹਾਨੂੰ ਉਹਦੀ ਖੁਸ਼ੀ ਆ ਹਾਂ ਚਲੋ ਠੀਕ ਆ ਓਕੇ ਬਾਏ ਬਾਏ